फ्रेंड्स आ वेलकम बैक टू माई चैनल आई एम गुरप्रीत। अपने चैनल पर ढा बहुत बहुत स्वागत है जी सारे का। अज आप शेयर करा आलू बैंगन की सब्जी। अज आप आलू बैंगन की सब्जी बनावे तो ते शेयर करा रेसिपी। जो अज की वीडियो तुम वधिया लगती है तो लाइक तो शेयर जरूर करो सारे। आ जाओ फिर बनाने स्टार्ट करिए जी आलू बैंगन। आ जाओ फिर कर दें जी आप बना स्टार्ट आलू बैंगन की सब्जी। ये आप फ्रैश ग्रीन चिली, टमेटोज, जिंजर, अदरक, तो आप लिया जी फ्रैश गार्लिक हरा लसन फ्रैश आप तोड़िया जी। तो आप लिया जी अनियनस, तो आप आलू ले जी, तो आप ले है जी बैंगन। इन्हों आप कट लिया तो इन्हों पानी भिओ लवेंगे ताकि अपने बैंगन तो अपने आलू जोड़े आ काले ना हो। इन्हों आप जिन्ना चेर आप तौड़का लाना इन्हों पानी के भिओ के रखेंगे जी। आ जाओ फिर करिए स्टार्ट। आज जी आप कढ़ाई में आप रख लिया है जी। तो आप जो आलू बैंगन आप सरों के तेल च बनावे। आलू बैंगन होए, भिंडियां हुई, ये सरों के तेल की स्वाद बन दी जी। सरों के तेल बनावे आलू बैंगन। वेट करते हैं अपना ऑयल जरा गर्म हो जाए। हाँ जी अपना तेल जो गर्म हो गया जी। आ जाओ आप ऐड करिए जिंजर, जिंजर तो गार्लिक दोनों आप ऐड कर देंगे। हाँ जी अपना जिंजर, गार्लिक, ग्रीन चिली आप ऐड कर दिता जी। आप थोड़ा जहा मिक्स कर लवेंगे। तो आप ऐड करांगे जी सॉल्ट। सॉल्ट तुसी अपने टेस्ट के हिसाब ना पा सकते हैं जी। मैं 1.5 टीस्पून सॉल्ट इस ऐड किया है जी। इनू कर लवेंगे आप मिक्स। सॉल्ट ऐड करने दे नाल अपना अनियनस भी, जिंजर ते गार्लिक काफ़ी छेदी कुक हो जाते हैं जी। तो मैं ये छेती ऐड कर लेना हाँ जी जिहड़ा सॉल्ट। थोड़ी जी वेट करांगे इनू कुक होन दिंदे हां माड़ा जिहा। फिर आप ऐड करांगे अनियनस। ये आप एक पिंच आप हिंग का ऐड करांगे जी। एक टीस्पून आप जीरा ऐड करांगे। कर लवांगे मिक्स। बस अपना जिंजर ते गार्लिक ते ग्रीन चिलीज जिहड़ियां अपनियां कुक हो गई जी ऑलमोस्ट तुसी देख सकते हैं। हुण आपां इहदे विच ऐड करांगे अनियनस। आप कर लेंगे जी मिक्स सारे। नो
ਤੁਸੀਂ ਆਪਣੀ ਰੈਸਪੀ ਨੂੰ ਜ਼ਰੂਰ ਫੋਲੋ ਕਰੋ ਜੀ, ਤੁਸੀਂ ਐਂਡ ਤੱਕ ਫੋਲੋ ਕਰਿਓ ਅਤੇ ਤੁਸੀਂ ਆਲੂ ਬੈਂਗਣ ਦੀ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰੋ। ਹਾਂਜੀ, ਪਿਆਜ਼ ਆਪਣਾ ਕੁੱਕ ਹੋ ਗਿਆ ਜੀ, ਹੁਣ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਜੀ ਟੋਮੈਟੋਸ, ਟਮਾਟਰ ਐਡ ਕਰ ਦੇਵਾਂਗੇ ਜੀ ਅਤੇ ਕਰ ਦੇਵਾਂਗੇ ਮਿਕਸ। ਆਪਣੇ ਟਮਾਟਰ ਕੁੱਕ ਹੋ ਗਏ ਆ ਜੀ, ਹੁਣ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਜੀ ਆਪਣੇ ਪੋਟੇਟੋ, ਆਲੂ ਆਪਾਂ ਮਿਕਸ ਕਰ ਦੇਵਾਂਗੇ ਇਹਦੇ ਵਿੱਚ, ਆਲੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਆਲੂ ਆਪਣੇ ਮਿਕਸ ਹੋ ਗਏ ਆ ਜੀ, ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਰੈੱਡ ਕਸ਼ਮੀਰੀ ਮਿਰਚ, ਲਾਲ ਮਿਰਚ, ਨਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਾਫ ਟੀ ਸਪੂਨ ਜੀਰਾ ਪਾਊਡਰ, ਨਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ 1 ਟੀ ਸਪੂਨ ਧਨੀਆ ਪਾਊਡਰ। ਇਹਨੂੰ ਆਪਾਂ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਮਿਕਸ। ਆਪਾਂ ਇਹਦੇ ਵਿੱਚ ਐਡ ਕਰਾਂਗੇ 1 ਟੀ ਸਪੂਨ ਕਿਚਨ ਕਿੰਗ, ਇਹਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹਾਫ ਟੀ ਸਪੂਨ ਗਰਮ ਮਸਾਲਾ। ਗਰਮ ਮਸਾਲਾ ਐਡ ਕਰਨ ਤੋਂ ਬਾਅਦ 'ਚ ਆਪਾਂ ਇਹਨੂੰ ਕਰ ਦੇਵਾਂਗੇ ਮਿਕਸ। ਆਪਾਂ ਮਸਾਲੇ ਮਿਕਸ ਕਰਨ ਤੋਂ ਬਾਅਦ 'ਚ ਇਹਦੇ ਵਿੱਚ ਥੋੜ੍ਹਾ ਜਿਹਾ ਵਾਟਰ ਐਡ ਕਰਾਂਗੇ ਜੀ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਉਹ ਬਾਹਰ ਨਾ ਹੋਣ ਅਤੇ ਵਿੱਚ ਈਜ਼ੀਲੀ ਇਹਦੇ ਵਿੱਚ ਮਿਕਸ ਹੋ ਜਾਣ। ਆਪਣੇ ਪੋਟੇਟੋਜ਼, ਆਪਣੇ ਆਲੂ ਜਿਹੜੇ ਆ ਅਤੇ ਆਪਣਾ ਸਾਰਾ ਤੜਕਾ ਆਲਮੋਸਟ ਕੁੱਕ ਹੋ ਗਿਆ ਜੀ, ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੈਂਗਣ, ਐਗ ਪਲਾਂਟ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ, ਇਹਨੂੰ ਆਪਾਂ ਕਰ ਦੇਵਾਂਗੇ ਜੀ ਮਿਕਸ। ਆਪਾਂ ਇਹਦੇ ਵਿੱਚ ਹਲੇ ਹਲਦੀ ਨਹੀਂ ਐਡ ਕੀਤੀ ਜੀ, ਆਪਣੀ ਜਦੋਂ ਸਬਜ਼ੀ ਥੋੜ੍ਹੀ ਜਿਹੀ ਕੁੱਕ ਹੋ ਜੂਗੀ ਫਿਰ ਆਪਾਂ ਇਹਦੇ ਵਿੱਚ ਹਲਦੀ ਐਡ ਕਰਾਂਗੇ, ਫਿਰ ਆਪਣੀ ਸਬਜ਼ੀ ਦਾ ਕਲਰ ਜਿਹੜਾ ਬਹੁਤ ਸੋਹਣਾ ਬਣੂਗਾ ਜੀ। ਹਾਂਜੀ, ਆਪਣੇ ਬੈਂਗਣ ਵੀ ਕੁੱਕ ਹੋ ਗਿਆ ਜੀ, ਹੁਣ ਆਪਾਂ ਇਹਦੇ ਵਿੱਚ ਹਾਫ ਟੀ ਸਪੂਨ ਆਪਾਂ ਹਲਦੀ ਦਾ ਐਡ ਕਰਾਂਗੇ ਅਤੇ ਇਹਨੂੰ ਆਪਾਂ ਕਰ ਦੇਵਾਂਗੇ ਜੀ ਚੰਗੀ ਤਰ੍ਹਾਂ ਮਿਕਸ। ਲਓ ਜੀ, ਆਪਣੇ ਬੈਂਗਣਾਂ ਦੀ ਸਬਜ਼ੀ ਜਿਹੜੀ ਆ ਆਲੂ ਬੈਂਗਣ ਦੀ ਸਬਜ਼ੀ ਬਣ ਕੇ ਰੈਡੀ ਆ ਜੀ, ਤੁਸੀਂ ਦੇਖ ਸਕਦੇ ਹਾਂ। ਅਤੇ ਆ ਜਾਓ ਫਿਰ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢਦੇ ਹਾਂ ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ। ਲਓ ਜੀ, ਤੁਸੀਂ ਦੇਖ ਸਕਦੇ ਹਾਂ ਆਪਣੇ ਬੈਂਗਣ ਦੀ ਸਬਜ਼ੀ ਬਣ ਕੇ ਰੈਡੀ ਆ ਜੀ ਸਰਵ ਕਰਨ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜੇ ਆਪਣੀ ਅੱਜ ਦੀ ਵੀਡੀਓ ਅਤੇ ਰੈਸਪੀ ਅਤੇ ਸਬਜ਼ੀ ਆਪਣੀ ਸਪੈਸ਼ਲ ਆਲੂ ਬੈਂਗਣਾਂ ਦੀ ਜਦ ਤੁਹਾਨੂੰ ਵਧੀਆ ਲੱਗੀ ਆ ਅਤੇ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਆਪਣੇ ਘਰ ਬਣਾ ਕੇ ਟਰਾਈ ਕਰੋ ਅਤੇ ਆਪਾਂ ਹੋਰ ਵੀ ਰੈਸਪੀਆਂ ਤੁਹਾਡੇ ਨਾਲ ਲੈ ਕੇ ਆਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਵੀ ਰੈਸਪੀਆਂ। ਅਤੇ ਤੁਸੀਂ ਸਾਰੇ ਜਣੇ ਆਪਣਾ ਚੈਨਲ ਜ਼ਰੂਰ ਸਾਰਿਆਂ ਨੇ ਸਬਸਕ੍ਰਾਈਬ ਕਰੋ, ਪਲੀਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ। ਅਤੇ ਆਪਾਂ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ ਦੇ ਨਾਲ, ਨਵੀਂ ਰੈਸਪੀ ਦੇ ਨਾਲ। ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਧੰਨਵਾਦ।